ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਫਿਰ ਲੈ ਕੇ ਆਏ ਹਾਂ ਪੰਜਾਬੀ ਗੀਤਾਂ ਦਾ ਤੜਕਾ। ਮੈਨੂੰ ਲੱਗਦਾ ਤੁਹਾਨੂੰ ਬੜੇ ਚੰਗੇ ਲੱਗਦੇ ਹੋਣੇ, ਅਤੇ ਨਾਲੇ ਜਿਹੜੇ ਸਾਡੇ ਸੰਗੀਤਕਾਰ ਹੈ, ਲੇਖਕਕਾਰ ਹੈ, ਅਤੇ ਨਾਲੇ ਉਹਨੂੰ ਸਵਰ ਦੇਣੇ ਵਾਲੇ ਜਿਹੜੇ ਹੈ, ਇਹ ਕੀ ਹੈ ਸਾਡੇ ਓਮ ਪ੍ਰਕਾਸ਼ ਭਾਈ ਜੀ। ਜ਼ਿਆਦਾ ਸਮੇਂ ਕਾਹਨੂੰ ਵੇਸਟ ਕਰੀਏ, ਆਈਏ ਸੁਣਦੇ ਹਾਂ, ਅਤੇ ਨਾਲੇ ਤੁਹਾਡੇ ਵਰਗੋ ਮੇਰੇ ਵਰਗੋ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਜੀ, ਤੁਹਾਡਾ ਸੁਰ ਸੰਧਿਆ 'ਚ ਬਹੁਤ ਬਹੁਤ ਸਵਾਗਤ ਆ ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ। ਜੀ, ਤੁਸੀਂ ਹਰ ਵੇਲਾ ਹਿੰਦੀ ਵੀ ਗਾਉਂਦੇ ਆ, ਪੰਜਾਬੀ ਵੀ ਗਾਉਂਦੇ ਹੋ, ਕਿਆ ਸਮਝ ਕੇ ਤੁਸੀਂ ਕੁਛ ਮਿਕਸਅਪ ਕਰ ਦਿੰਦੇ ਆ ਗਾਣੇ ਦਾ? ਦੇਖੋ ਜੀ, ਜਦੋਂ ਹਿੰਦੀ ਗਾਈਦਾ ਉਸ ਵੇਲੇ ਪੂਰੇ ਭਾਰਤ ਦੇ ਲੋਕਾਂ ਨੂੰ ਸਾਹਮਣੇ ਰੱਖ ਕੇ ਗਾਈਦਾ, ਜੀ, ਔਰ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾ ਗੁਰਮੁਖੀ ਜ਼ੁਬਾਨ ਹੈ, ਪੰਜਾਬੀ ਜ਼ੁਬਾਨ, ਜੀ, ਸੋ ਪੰਜਾਬੀਆਂ ਵਾਸਤੇ ਜਿਹੜਾ ਨਾ, ਕਹਿੰਦੇ ਪੰਜਾਬੀਆਂ ਦੀ ਆਨ ਔਰ ਸ਼ਾਨ ਬਾਣ ਵੱਖਰੀ ਹੈ, ਜੀ, ਇਸ ਕਰਕੇ ਉਹਨਾਂ ਨੂੰ ਜਿਹੜਾ ਨਾ ਪੰਜਾਬੀ ਗੱਲਬਾਤ ਔਰ ਪੰਜਾਬੀ ਸੰਗੀਤ ਦੀ ਸਮਝ ਜਲਦੀ ਲੱਗਦੀ। ਜੀ ਜੀ ਜ਼ਰੂਰ। ਔਰ ਵੈਸੇ ਵੀ ਅਸੀਂ ਕਿਸੇ ਨੂੰ ਅਗਰ ਅਧਿਆਤਮਿਕਤਾ ਸਿਖਾਉਣੀ ਹੈ ਜਾਂ ਦੱਸਣੀ ਹੈ, ਤਾਂ ਅਗਰ ਉਹਦੀ ਚਾਹਤ ਦੇ ਅਨੁਸਾਰ ਜਾਂ ਜੋ ਚੀਜ਼ ਉਹਨੂੰ ਸਮਝ ਆਉਂਦੀ ਹੈ ਉਹਦੇ ਮੁਤਾਬਕ ਦੱਸੀ ਜਾਏ ਤਾਂ ਵਧੀਆ ਰਹਿੰਦਾ। ਜੀ 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 ਇਸ ਕਰਕੇ ਪੰਜਾਬੀ ਗੀਤਾਂ, ਹਿੰਦੀ ਗੀਤਾਂ ਦੇ ਨਾਲ ਨਾਲ ਪੰਜਾਬੀ ਗੀਤਾਂ ਦਾ ਜਿਹੜਾ ਰੁਝਾਨ ਹੈ ਉਹ ਆਪਣੇ ਮਨ 'ਚ ਰੱਖਿਆ ਹੈ ਵੀ ਨਹੀਂ, ਖਾਸ ਕਰਕੇ ਇਹਨਾਂ ਲੋਕਾਂ ਦੀ ਸੇਵਾ ਜਿਹੜੀ ਹੈ ਨਾ ਕਰਨੀ, ਕਿਉਂਕਿ ਪੰਜਾਬ ਦੇ ਵਿੱਚ, ਪੰਜਾਬ ਪਿੰਡਾਂ 'ਚ ਵੱਸਦਾ, ਪੰਜਾਬ ਦਾ ਬਹੁਤ ਸਾਰਾ ਖਿੱਤਾ, ਬਹੁਤ ਸਾਰਾ ਇਲਾਕਾ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਹੈ। ਸੋ ਪਿੰਡਾਂ ਦੇ ਵਿੱਚ ਲੋਕ ਘੱਟ ਪੜ੍ਹੇ ਲਿਖੇ ਨੇ, ਬਜ਼ੁਰਗ ਨੇ, ਮਾਤਾਵਾਂ ਬਜ਼ੁਰਗ ਨੇ, ਸੋ ਉਹਨਾਂ ਵਾਸਤੇ ਜਿਹੜੀ ਪੰਜਾਬੀ ਲਿਖਤ ਹੈ ਔਰ ਪੰਜਾਬੀ ਗਾਇਕੀ ਜਿਹੜੀ ਹੈ ਸਾਫ਼ ਸੁਥਰੀ ਗਾਇਕੀ, ਉਹ ਉਹਨਾਂ ਨੂੰ ਸਮਝ ਆਉਂਦੀ ਹੈ। ਅਤੇ ਨਾਲੇ ਮਿੱਤਰਾਂ ਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਹੈ ਕਿ ਸਾਡੇ ਓਮ ਪ੍ਰਕਾਸ਼ ਭਾਈ ਸਰਕਾਰੀ ਸਕੂਲ 'ਚ ਮੁੱਖ ਅਧਿਆਪਕ ਵੀ ਹਨ, ਉਹ ਆਪਣੇ ਵਿਦਿਆਰਥੀ ਨਾਲ ਕਿੱਦਾਂ ਗੱਲ ਕਰਦੇ ਆ? ਤੁਸੀਂ ਜਦ ਗੀਤ ਗਾਉਂਦੇ ਤਾਂ ਤੁਸੀਂ ਨਾਲੇ ਵਿਦਿਆਰਥੀਆਂ ਨੂੰ ਵੀ ਲੈਂਦੇ ਆ? ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿੰਨੇ ਵੀ ਹੁਣ ਤੱਕ ਪੰਜਾਬੀ ਕੰਪੋਜੀਸ਼ਨ ਬਣੀਆਂ ਨੇ ਜੀ, ਉਹ ਸਾਰਿਆਂ ਦੇ ਵਿੱਚ ਜੋਸ਼ ਹੈ, ਖੁਸ਼ੀ ਹੈ, ਉਲਾਸ ਹੈ, ਜੀ 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 ਅਤੇ ਗਾਏ ਵਗਾਏ ਵਿੱਚ ਵਿੱਚ ਕਰਕੇ ਮੈਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਨਾਲ ਇਸ ਤਰ੍ਹਾਂ ਜੋੜ ਕੇ ਰੱਖਿਆ ਦਾ ਕਿ ਉਹਨਾਂ ਨੂੰ ਵੀ ਆਪਣੇ ਇਸ ਸ਼ੌਂਕ ਦੇ ਵਿੱਚ ਜਾਂ ਪੰਜਾਬੀ ਗੀਤਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਮੈਂ ਕਰ ਲੈਂਦਾ ਡਾਂਸ ਦੇ ਰੂਪ ਦੇ ਵਿੱਚ। ਜੇਕਰ ਮੈਂ ਸਟੇਜ 'ਤੇ ਗਾ ਰਿਹਾ ਅਤੇ ਮੇਰੇ ਵਿਦਿਆਰਥੀ ਜਿਹੜੇ ਨੇ ਉਹ ਮੇਰੇ ਨਾਲ ਸਟੇਜ ਦੇ ਉੱਪਰ ਆ ਕੇ ਸੀਨੀਅਰ ਵਿਦਿਆਰਥੀ ਨੱਚਦੇ ਆ, ਸੋ ਇਸ ਕਰਕੇ ਇਹ ਪੰਜਾਬੀ ਗੀਤ ਜਿਹੜੇ ਨੇ, ਜਿਹੜੇ ਬਾਬਾ ਦੇ ਗੀਤ ਬਣਾਏ ਆ, ਇਹ ਗੀਤ ਉਹਨਾਂ ਦੇ ਜ਼ਿਹਨ ਤੱਕ ਉਹਨਾਂ ਨੂੰ ਸਮਝ ਆਏ ਆ ਜੀ, ਇਹ ਉਹਨਾਂ 'ਤੇ ਅਸਰ ਹੋਇਆ। ਜੀ ਜੀ, ਇਹ ਤਾਂ ਬਹੁਤ ਵੱਡੀ ਸੇਵਾ ਕਰਿਆ ਕਰਦੇ ਤੁਸੀਂ ਬੱਚਿਆਂ ਦੀ। ਠੀਕ ਹੈ, ਪਹਿਲਾ ਗਾਣਾ ਤੁਸੀਂ ਕਿਹੜਾ ਗਾਣਾ ਚਾਹੁੰਦੇ? ਪਹਿਲਾ ਗਾਣਾ ਜਿਹੜਾ ਅਸੀਂ ਲੈਣ ਜਾ ਰਹੇ ਹਾਂ, ਦਰਸ਼ਕਾਂ ਨੂੰ ਦੱਸ ਰਹੇ ਹਾਂ, ਜੀ, ਉਹ ਪਹਿਲਾ ਗਾਣਾ ਰੱਬ ਦੇ ਪ੍ਰਤੀ ਦਿਲ ਦੇ ਉਦਗਾਰ ਨੇ, ਦਿਲ ਦੀ ਇੱਕ ਤੜਪ ਹੈ ਕਿ ਪਰਮਾਤਮਾ ਮਿਲਿਆ, ਸ਼ਿਵ ਬਾਬਾ ਮਿਲਿਆ, ਔਰ ਉਹਨੇ ਮੈਨੂੰ ਕੀ ਬਖਸ਼ਿਸ਼ ਦਿੱਤੀਆਂ ਨੇ, ਉਹ ਬਖਸ਼ਿਸ਼ਾਂ ਦਾ ਧੰਨਵਾਦ ਜਿਹੜਾ ਨਾ ਇਸ ਗਾਣੇ ਦੇ ਰੂਪ ਦੇ ਵਿੱਚ ਅਸੀਂ ਦਰਸ਼ਕਾਂ ਨੂੰ ਸੁਣਾ ਮਤਲਬ ਦੇਣਾ, ਤੁਸੀਂ ਪਰਮਾਤਮਾ ਨੂੰ ਧੰਨਵਾਦ ਦਿੰਦੇ ਹੋ ਧੰਨਵਾਦ ਦੇਣ ਵਾਸਤੇ, ਇਹ ਪੰਜਾਬੀ ਗਾਣਾ ਜਿਹੜਾ ਹੈ ਇਹ ਉਹਨਾਂ, ਔਰ ਇਹ ਮੇਰੀ ਪਹਿਲੀ ਜਿਹੜੀ ਐਲਬਮ ਹੈ ਇਸ ਦਾ ਨਾਂ ਹੈ ਪਾਤਸ਼ਾਹ ਦੁਨੀਆ ਦਾ। ਪੰਜਾਬ ਦੇ ਵਿੱਚ ਰੱਬ ਪਰਮਾਤਮਾ ਨੂੰ ਪਾਤਸ਼ਾਹ ਕਹਿੰਦੇ ਆ, ਔਰ ਇਹਦੇ ਨਾਲ ਵੀ ਸੱਚਾ ਪਾਤਸ਼ਾਹ ਕਹਿੰਦੇ ਆ, ਸਿੱਖਾਂ ਦੀ ਜ਼ੁਬਾਨ ਦੇ ਵਿੱਚ, ਸਰਦਾਰਾਂ ਦੀ ਜ਼ੁਬਾਨ ਦੇ ਵਿੱਚ, ਸਾਡੇ ਸਿੱਖ ਧਰਮ ਦੇ ਲੋਕ ਬਹੁਤ ਬਹੁਤ ਨੇ ਉੱਥੇ, ਉਹ ਪਰਮਾਤਮਾ ਨੂੰ ਪਾਤਸ਼ਾਹ ਕਹਿੰਦੇ ਆ। ਇਸ ਕਰਕੇ ਅਸੀਂ ਆਪਣੀ ਜਿਹੜੀ ਐਲਬਮ ਹੈ ਇਸ ਦਾ ਨਾਮ ਰੱਖਿਆ ਪਾਤਸ਼ਾਹ ਦੁਨੀਆ ਦਾ। ਇਹ ਉਸ ਐਲਬਮ ਦਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗਾ। ਜੀ ਜ਼ਰੂਰ। ਮਿੱਤਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਇੱਕ ਸ਼ਬਦ ਹੋਰ ਜੋੜਦੇ ਹਾਂ ਜਿਹਦਾ ਨਾਮ ਹੈ ਪਾਤਸ਼ਾਹ। ਆਈਏ ਸੁਣਦੇ ਹਾਂ ਇਹ ਗੀਤ।
ਵਿਸ਼ਿਆਂ ਦੀ ਦਲਦਲ ਵਿੱਚ ਡਿੱਗੇ ਪੈਸੀ ਗੋਤੇ ਖਾਂਦੇ ਓ ਵਿਸ਼ਿਆਂ ਦੀ ਦਲਦਲ ਵਿੱਚ ਡਿੱਗੇ ਪੈਸੀ ਗੋਤੇ ਖਾਂਦੇ ਹੇ ਈਸ਼ਵਰ ਬਚਾ ਲੈ ਪੈਸੀ ਕੂੰਜ ਵਾਂਗ ਕੁਰਲਾਉਂਦੇ ਹੇ ਈਸ਼ਵਰ ਬਚਾ ਲੈ ਪੈਸੀ ਕੂੰਜ ਵਾਂਗ ਕੁਰਲਾਉਂਦੇ ਸੁਣ ਕੇ ਆ ਗਏ ਪਰਮ ਧਾਮ ਤੋਂ ਸੁਣ ਕੇ ਆ ਗਏ ਪਰਮ ਧਾਮ ਤੋਂ ਬੱਚਿਆਂ ਦੀ ਫਰਿਆਦ ਦਿਲ ਵਾਂਗ ਪਪੀਏ ਵਾਂਗ ਪਪੀਏ ਹਰ ਵੇਲੇ ਕਰਦਾ ਹੈ ਤੈਨੂੰ ਯਾਦ ਬਾਬਾ ਓ ਮੇਰੇ ਬਾਬਾ ਬਾਬਾ ਓ ਭੋਲੇ ਬਾਬਾ ਜਨਮ ਜਨਮ ਦੀ ਭਗਤੀ ਸੰਪੂਰਨ ਹੋਈ ਹੈ ਓ ਜਨਮ ਜਨਮ ਦੀ ਭਗਤੀ ਸੰਪੂਰਨ ਹੋਈ ਹੈ ਪਿਆਸ ਯੁਗਾਂ ਤੋਂ ਪ੍ਰਭੂ ਮਿਲਣ ਦੀ ਯੁਗਾਂ ਤੋਂ ਪ੍ਰਭੂ ਮਿਲਣ ਦੀ ਪੂਰੀ ਹੋਈ ਹੈ ਹਰ ਗਮ ਹਰ ਚਿੰਤਾ ਤੋਂ ਕੀਤਾ ਹਰ ਗਮ ਹਰ ਚਿੰਤਾ ਤੋਂ ਕੀਤਾ ਸਦਾ ਲਈ ਆਜ਼ਾਦ ਦਿਲ ਵਾਂਗ ਪਪੀਏ ਹਰ ਵੇਲੇ ਦਿਲ ਵਾਂਗ ਪਪੀਏ ਹਰ ਵੇਲੇ ਕਰਦਾ ਹੈ ਤੈਨੂੰ ਯਾਦ ਬਾਬਾ ਓ ਪਿਆਰੇ ਬਾਬਾ ਬਾਬਾ ਓ ਮਿੱਠੇ ਬਾਬਾ ਸੁਖ ਸ਼ਾਂਤੀ ਪਵਿੱਤਰਤਾ ਦਾ ਤਨ ਅਨਮੁੱਲਾ ਦਿੱਤਾ ਸੁਖ ਸ਼ਾਂਤੀ ਪਵਿੱਤਰਤਾ ਦਾ ਤਨ ਅਨਮੁੱਲਾ ਦਿੱਤਾ ਪਿਤਾ ਸਿੱਖਿਅਕ ਸਤਿਗੁਰੂ ਬਣ ਕੇ ਪਰ ਉਪਕਾਰ ਹੈ ਕੀਤਾ ਸਿੱਖਿਅਕ ਸਤਿਗੁਰੂ ਬਣ ਕੇ ਪਰ ਉਪਕਾਰ ਹੈ ਕੀਤਾ ਚਿਰਾ ਤੋਂ ਉਜੜੀ ਜ਼ਿੰਦਗੀ ਨੂੰ ਚਿਰਾ ਤੋਂ ਉਜੜੀ ਜ਼ਿੰਦਗੀ ਨੂੰ ਫਿਰ ਕੀਤਾ ਆਬਾਦ ਦਿਲ ਵਾਂਗ ਪਪੀਏ ਹਰ ਵੇਲੇ ਦਿਲ ਵਾਂਗ ਪਪੀਏ ਹਰ ਵੇਲੇ ਕਰਦਾ ਹੈ ਤੈਨੂੰ ਯਾਦ ਬਾਬਾ ਹਰ ਵੇਲੇ ਦਿਲ ਵਾਂਗ ਪਪੀ ਹੈ ਹਰ ਵੇਲੇ ਕਰਦਾ ਹੈ ਤੈਨੂੰ ਬਾਬਾ
मित्रों असी अपने पूरे दिनचर्या च लोकां नू या अपने मित्रां नू या अपने परिवार नू धन्नवाद बोलदे आ, शुक्रिया बोलदे आ, या फिर तुसी बोलो थैंक्स बोलदे आ। क्या जिन्ने सानू अपनी एक प्यारी जिंदगी दित्ती जीण वास्ते असी सारे दिन च एक बेला भी उहनू धन्नवाद कीता नहीं कीता ना, असी भुल जांदे आ। किसी ने सानू 10 रुपए दित्ते हो ना, असी उहदा भी धन्नवाद करदे, उहदा भी धन्नवाद। पर जिसने जिंदगी नू माला माल कर दिता, बिल्कुल, जिसने जिंदगी नू खुशहाल कर दिता, माला माल कर दिता, बेहाल तो खुशहाल कर दिता, उहदा धन्नवाद असी करना भुल जांदे आ। बिल्कुल, एक वेला परमात्मे नू ता ध्यान नाल उहदा धन्नवाद करना ना भुल्लियो। अगला गीत कहड़ा है सुनदे आ पाई दे नाल। ਭਾਜੀ ਤੁਸੀਂ ਇਸ ਗਾਣੇ 'ਚ ਧੰਨਵਾਦ ਦੱਸਿਆ, ਅਗਲੇ ਗੀਤ 'ਤੇ ਤੁਸੀਂ ਕਿਆ ਮੈਸੇਜ ਦੇਣਾ ਚਾਹੁੰਦੇ ਹੋ? ਜਦੋਂ ਰੱਬ ਦਾ ਸ਼ੁਕਰਾਨਾ ਕੀਤਾ ਜੀ, ਰੱਬ ਦਾ ਧੰਨਵਾਦ ਕੀਤਾ ਜੀ, ਔਰ ਧੰਨਵਾਦ ਕਰਨ ਦੇ ਨਾਲ ਆਪਣੇ ਮਨ ਦੇ ਵਿੱਚੋਂ ਕਿਸੇ ਦੇ ਪ੍ਰਤੀ ਵੈਰ ਭਾਵ ਜੀ ਸਾਰਾ ਮੁੱਕ ਗਿਆ ਜੀ। ਜਿਹਨੂੰ ਆਪਾਂ ਇਹ ਕਹਿ ਲਈਏ ਕਿ ਹਰ ਇੱਕ ਦੇ ਪ੍ਰਤੀ ਗੁੱਡ ਵਿਸ਼ਿਸ, ਸ਼ੁਭ ਕਾਮਨਾ, ਸ਼ੁਭ ਭਾਵਨਾ ਹਰ ਇੱਕ ਦੇ ਪ੍ਰਤੀ ਨਿਕਲ ਲਈ, ਬਿਲਕੁਲ, ਹੈ ਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਆਪਣਾ ਕੋਈ ਮਿੱਤਰ ਦੁਸ਼ਮਣ ਹੈ ਨਹੀਂ ਦੁਨੀਆਂ 'ਚ, ਸਾਰੇ ਆਪਣੇ ਨੇ, ਸਾਰੇ ਇੱਕ ਉਸ ਮਾਲਕ ਦੇ, ਇੱਕ ਪ੍ਰਭੂ ਦੇ, ਇੱਕ ਰੱਬ ਦੇ ਬੱਚੇ ਨੇ। ਸੋ ਉਸ ਨਜ਼ਰ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਕੋਈ ਅਗਰ ਮਾੜਾ ਹੈ ਚੰਗਾ ਹੈ, ਮਾੜੇ ਨੂੰ ਦੇਖ ਕੇ ਦੁਖੀ ਨਹੀਂ ਹੋਈਦਾ ਅਤੇ ਚੰਗੇ ਨੂੰ ਦੇਖ ਕੇ ਆਪਾਂ ਨੱਚਦੇ ਨੇ। ਬਿਲਕੁਲ, ਇੱਕੋ ਜਿਹੇ ਕਹਿੰਦੇ ਨਾ ਸਾਵਨ ਹਰੇ ਨਾ ਭਾਦੋਂ ਸੁੱਖੇ, ਇਸ ਤਰ੍ਹਾਂ ਦੀ ਜ਼ਿੰਦਗੀ ਜਦੋਂ ਹੋ ਜਾਂਦੀ ਹੈ। ਸਾਡੇ ਵਿਦਿਆਲਿਆ ਦੇ ਵਿੱਚ ਵੀ ਉਹ ਜਿਹੜੇ ਇੱਥੇ ਦਾਦੀ ਪ੍ਰਕਾਸ਼ਮਨੀ ਜੀ ਬਹੁਤ ਜਿਨ੍ਹਾਂ ਨੇ ਵਿਦਿਆਲਿਆ ਨੂੰ ਅੱਗੇ ਲੈ ਕੇ ਗਏ, ਉਹ ਕਹਿੰਦੇ ਸੀ ਨਾ ਬਿਸਰੋ ਨਾ ਯਾਦ ਕਰੋ। ਕਹਿਣ ਦਾ ਮਤਲਬ ਇਹ ਹੈ ਕਿ ਇਨਸਾਨ ਜਿਹੜਾ ਨਾ ਸਦਾ ਬਹਾਰ ਹੋਣਾ ਚਾਹੀਦਾ, ਔਰ ਤਾਂਹੀਓ ਹੋ ਸਕਦਾ ਜੇ ਦੂਜਿਆਂ ਨੂੰ ਸ਼ੁਭ ਕਾਮਨਾ ਸ਼ੁਭ ਭਾਵਨਾ ਦਿੰਦਾ। ਅਗਲਾ ਗੀਤ ਜਿਹੜਾ ਨਾ ਇਸੇ ਭਾਵ ਨੂੰ ਲੈ ਕੇ ਅਸੀਂ ਬਣਾਇਆ ਔਰ ਲਿਖਿਆ। ਤੁਸੀਂ ਹੀ ਲਿਖਿਆ, ਤੁਸੀਂ ਬਣਾਇਆ ਅਤੇ ਨਾਲੇ ਹਾਂ ਸੰਗੀਤ ਉਹਨਾਂ ਦਾ ਜਿਹੜੇ ਪਹਿਲੇ ਮੈਂ ਜ਼ਿਕਰ ਕੀਤਾ ਜਿਹਨਾਂ ਦਾ ਸੰਗੀਤ ਉਹਨਾਂ ਦਾ। ਜੀ ਜੀ, ਚਲੀਏ ਸੁਣਦੇ ਹਾਂ ਮਿੱਤਰੋ ਅਗਲਾ ਗੀਤ। ਅਸੀਂ ਆਪਣੇ ਪ੍ਰਭੂ ਦੇ ਬਾਰੇ 'ਚ ਕਿਆ ਬੋਲਦੇ ਹਾਂ ਜਾਂ ਦੂਜੇ ਬਾਰੇ 'ਚ ਕਿਆ ਸੁਣਦੇ ਹਾਂ, ਸੁਣਦੇ ਇਸ ਗੀਤ ਨੂੰ। ਸਦਾ ਸੁਖਦਾਈ ਸਭ ਨੂੰ ਪਿਆਰ ਕਰੋ ਸਤਕਾਰ ਸਭ ਦੀ ਕਰੋ ਭਲਾਈ ਸ਼ੁਭ ਕਾਮਨਾ ਸ਼ੁਭ ਪਾਵਨ ਦੋਵੇਂ ਸਦਾ ਸੁਖਦਾਈ ਸਭ ਨੂੰ ਪਿਆਰ ਕਰੋ ਸਤਕਾਰ ਸਭ ਦੀ ਕਰੋ Thank you.
ਰਹੇ ਛਲਕਦਾ ਬਦਲਾਂ ਵਿੱਚੋਂ ਚੰਨ ਚੌਦਵੀ ਦਾ ਜਿਉਂ ਬਾਹਰ ਝਲਕਦਾ ਨੈਣਾਂ ਦੇ ਵਿੱਚ ਪਿਆਰ ਦਾ ਸਾਗਰ ਰਹੇ ਛਲਕਦਾ ਬਦਲਾਂ ਵਿੱਚੋਂ ਚੰਨ ਚੌਦਵੀ ਦਾ ਜਿਉਂ ਬਾਹਰ ਝਲਕਦਾ ਆਪਣੇ ਪਣ ਦੀ ਬੋਲੀ ਦੇਂਦੀ ਸ਼ੀਤਲਤਾ ਸੱਚਾਈ ਸਭ ਨੂੰ ਪਿਆਰ ਕਰੋ ਸਤਿਕਾਰ ਸਭ ਦੀ ਕਰੋ ਭਲਾਈ ਸ਼ੁਭ ਕਾਮ ਸ਼ੁਭ ਪਾਵ ਦੋਵੇਂ ਸਦਾ ਸੁਖਦਾਈ ਸਭ ਨੂੰ ਪਿਆਰ ਕਰੋ ਸਤਿਕਾਰ ਸਭ ਦੀ ਕਰੋ ਭਲਾਈ ਨਫ਼ਰਤ ਨਾਲ ਮਲੀਨ ਦਿਲ ਦੇ ਵਿੱਚ ਪਿਆਰ ਸਦਾ ਭਰ ਦੇਵੋ ਦੂਜਿਆਂ ਨੂੰ ਤੇ ਆਪ ਨੂੰ ਦਿਲੋਂ ਖਿਮਾ ਕਰ ਦੇਵੋ ਨਫ਼ਰਤ ਨਾਲ ਮਲੀਨ ਦਿਲ ਦੇ ਵਿੱਚ ਪਿਆਰ ਸਦਾ ਭਰ ਦੇਵੋ ਪੈਗਾਮ ਦੇ ਪ੍ਰਭੂ ਪ੍ਰੇਮ ਦਾ ਕਰੋ ਅਵਿਨਾਸ਼ੀ ਕਮਾਈ ਸਭ ਨੂੰ ਪਿਆਰ ਕਰੋ ਸਤਿਕਾਰ ਸਭ ਦੀ ਕਰੋ ਭਲਾਈ ਸ਼ੁਭ ਕਾਮ ਸ਼ੁਭ ਭਾਵ ਦੋਵੇਂ ਸਦਾ ਸੁਖਦਾਈ ਸਭ ਨੂੰ ਪਿਆਰ ਕਰੋ ਸਤਿਕਾਰ ਸਭ ਦੀ ਕਰੋ ਭਲਾ ਤੈਂ ਕੀਤਾ ਇਹ ਮੈਂ ਕੀਤਾ ਇਹ ਤੈਂ ਕੀਤਾ ਇਹ ਮੈਂ ਕੀਤਾ ਇੱਦਾਂ ਕਾਹਨੂੰ ਸੋਚਦੇ ਯਾਰੋ ਮੈਂ ਜੇ ਕੀਤਾ ਮੈਂ ਵੀ ਠੀਕ ਕੀਤਾ ਤੈਂ ਜੇ ਕੀਤਾ ਤੈਂ ਵੀ ਠੀਕ ਕੀਤਾ ਮੈਂ ਤੈਨੂੰ ਮਾਫ਼ ਕੀਤਾ ਮਾਫ਼ ਕਰਨੇ 'ਚ ਇਹ ਸਾਡੀ ਭਲਾਈ ਹੈ ਉੱਪਰ ਜਾ ਕੇ ਕੀ ਜਵਾਬ ਦੇਣਾ ਤੁਸੀਂ ਨਹੀਂ ਸਮਝ ਆਇਆ ਨਾ ਇਹ ਗਾਣੇ 'ਚ ਇਹੀ ਲਿਖਿਆ ਵਾ ਅਤੇ ਨਾਲੇ ਇਹੀ ਗਾਇਆ ਵਾ ਤੁਸੀਂ ਵੀ ਦੂਜਿਆਂ ਨੂੰ ਮਾਫ਼ ਕਰੋ ਸੁਭ ਭਾਵਨਾ ਅਤੇ ਸੁਭ ਚਿੰਤਕ ਰੱਖੋ ਅਗਲਾ ਗੀਤ 'ਚ ਕਿਆ ਮੈਸੇਜ ਦਿੰਦੇ ਹਾਂ ਸੁਣਦੇ ਹਾਂ ਓਮ ਪ੍ਰਕਾਸ਼ ਭਾਈ ਦੇ ਭਾਈ ਜੀ ਤੁਸੀਂ ਇਸ ਗਾਣੇ 'ਚ ਇੱਕ ਦੂਜੇ ਨੂੰ ਮਾਫ਼ ਕਰਨ ਵਾਸਤੇ ਬੋਲਿਆ ਅਗਲਾ ਗੀਤ ਤੁਸੀਂ ਕਿਆ ਦੇਣਾ ਚਾਹੁੰਦੇ ਹੋ ਦੇਖੋ ਮਾਫ਼ ਕਰਨ ਦੀ ਤਾਕਤ ਜਿਹੜੀ ਹੈ ਜੀ ਉਹ ਸ਼ੂਰਵੀਰ ਇਨਸਾਨ 'ਚ ਹੁੰਦੀ ਹੈ ਬਹਾਦਰ ਇਨਸਾਨ 'ਚ ਹੁੰਦੀ ਔਰ ਜਿਹੜਾ ਡਰਪੋਕ ਹੈ ਕਾਇਰ ਹੈ ਜਿਹੜਾ ਅੰਦਰੋਂ ਟੁੱਟਾ ਇਨਸਾਨ ਹੈ ਜਿਹੜਾ ਅੰਦਰੋਂ ਕਮਜ਼ੋਰ ਇਨਸਾਨ ਉਹ ਹਰ ਵੇਲੇ ਦੂਜੇ ਨਾਲ ਬਦਲਾ ਲੈਣ ਦੀ ਗੱਲ ਸੋਚਦਾ ਬਿਲਕੁਲ ਅੱਜ ਕੱਲ੍ਹ ਤਾਂ ਇਹੀ ਚੱਲਿਆ ਵਾ ਜ਼ਿਆਦਾਤਰ ਸੋ ਇਹ ਜਿਹੜੀ ਗੱਲ ਹੈ ਕਿ ਮਾਫ਼ ਕਰ ਦੇਣਾ ਮਾਫ਼ ਕਰ ਦੇਣ ਦਾ ਮਤਲਬ ਕੀ ਹੈ ਜਾ ਤੈਨੂੰ ਛੱਡਿਆ ਚੱਲ ਖੁਸ਼ ਰਹਿ ਚੱਲ ਰਾਜ਼ੀ ਰਹਿ ਚੱਲ ਤੇਰੇ ਸਾਰੇ ਗੁਨਾਹ ਮਾਫ਼ ਕੀਤੇ ਆਹ ਜਿਹੜੀ ਵਿਰਤੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਇਹਦੇ ਨਾਲ ਸਭ ਤੋਂ ਪਹਿਲਾਂ ਫਾਇਦਾ ਕਿਹਨੂੰ ਹੁੰਦਾ ਆਪ ਨੂੰ ਕਿਉਂਕਿ ਜਿਹੜਾ ਬੰਦਾ ਬਦਲਾ ਲੈਣ ਦੀ ਭਾਵਨਾ ਮਨ 'ਚ ਰੱਖਦਾ ਉਹ ਬੰਦਾ ਜਿਹੜਾ ਨਾ ਅੰਦਰ ਸੜਦਾ ਰਹਿੰਦਾ ਕੁੜਦਾ ਰਹਿੰਦਾ ਉਹਦੇ ਅੰਦਰ ਅੱਗ ਬਲਦੀ ਰਹਿੰਦੀ ਸੋ ਉਹ ਜਿਹੜੀ ਅੱਗ ਹੈ ਉਹ ਇਨਸਾਨ ਨੂੰ ਪਹਿਲਾਂ ਆਪਣਾ ਘਰ ਫੂਕ ਕੇ ਦੂਜੇ ਘਰ 'ਚ ਅੱਗ ਲੱਗਦੀ ਇਹ ਨਹੀਂ ਕਿ ਦੂਜਾ ਘਰ ਫੁਕੋਏਗਾ ਅਤੇ ਮੇਰੇ ਘਰ ਅੱਗ ਲੱਗਣੀ ਪਹਿਲੇ ਆਪਣਾ ਘਰ ਸਾੜਨਾ ਪੈਣਾ ਫੂਕਣਾ ਪੈਣਾ ਫਿਰ ਅਗਲੇ ਦਿਆ ਘਰ ਅੱਗ ਪਹੁੰਚਣੀ ਹੈ ਸੋ ਉਹ ਅੱਗ ਕਾਹਨੂੰ ਬਾਲਣੀ ਹੈ ਜੀ ਜਿਹੜੀ ਆਪ ਨੂੰ ਵੀ ਸਾੜੇ ਦੂਜਿਆਂ ਨੂੰ ਵੀ ਸਾੜੇ ਅਤੇ ਅਗਲੇ ਗਾਣੇ ਦੇ ਬਾਰੇ ਜਿਹੜੀ ਤੁਸੀਂ ਗੱਲ ਪੁੱਛੀ ਹੈ ਉਹ ਇਹ ਹੈ ਅਤੇ ਇਹ ਗਾਣਾ ਮੇਰੇ ਪੰਜਾਬੀ ਸਫ਼ਰ ਦਾ ਪਹਿਲਾ ਗਾਣਾ ਇਹ ਪਹਿਲਾਂ ਗਾਉਣਾ ਚਾਹੀਦਾ ਸੀ ਪਰ ਇਸ ਐਪੀਸੋਡ ਦੇ ਆਖਰ 'ਚ ਅਸੀਂ ਰੱਖਿਆ ਕਿਉਂ ਰੱਖਿਆ ਉਹ ਕਹਿੰਦੇ ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ
जी ਇਹ ਗਾਣਾ ਜਿਹੜਾ ਨਾ ਉਹ ਜਦੋਂ ਮੈਨੂੰ ਗਿਆਨ ਮਿਲ ਗਿਆ ਮੈਂ ਮਨ 'ਚ ਸੋਚਿਆ ਕਿ ਉਹ ਰੱਬਾ ਸ਼ਿਬਾ ਵਾ ਮੈਂ ਬੁੱਲੇ ਸ਼ਾਹ ਵਾਂਗੂ ਪੈਰਾਂ 'ਚ ਘੁੰਗਰੂ ਪਾ ਕੇ ਨੱਚ ਨੱਚ ਕੇ ਲੋਕਾਂ ਨੂੰ ਦੱਸਾਂ ਕਿ ਰੱਬ ਧਰਤੀ 'ਤੇ ਆਇਆ ਤੁਸੀਂ ਇਹ ਮੈਸੇਜ ਦੇਣਾ ਚਾਹੁੰਦੇ ਹੋ ਹਾਂ ਇਸ ਗਾਣੇ 'ਚ ਮੈਸੇਜ ਹੈ ਕਿ ਆਓ ਮਿਲ ਲਓ ਸ਼ਿਵ ਧਰਤੀ 'ਤੇ ਆਏ ਇਹ ਗਾਣਾ ਜਿਹੜਾ ਹੈਗਾ ਔਰ ਇਹ ਉਸੇ ਤਰ੍ਹਾਂ ਗਾਣਾ ਜੀ ਕਿ ਇਹ ਪਹਿਲਾ ਗਾਣਾ ਜਿਹੜਾ ਹੈ ਇਹ ਸਾਡੇ ਘਰ ਗੀਤਾ ਪਾਠਸ਼ਾਲਾ ਹੈਗੀ ਹੈ ਔਰ ਇਹ ਸਵੇਰ ਦੇ 4:15 ਗਾਣਾ ਲਿਖਿਆ ਗਿਆ ਜਿਹੜਾ ਗਾਣਾ ਸੀ ਜਿਹਨੂੰ ਤੁਸੀਂ ਆਪਣੇ ਪੰਜਾਬੀ ਭਾਸ਼ਾ 'ਚ ਬੋਲਦੇ ਅੰਮ੍ਰਿਤ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਗਾਣਾ ਲਿਖਿਆ ਗਿਆ ਸੋ ਇਹ ਗਾਣਾ ਮੈਂ ਦਰਸ਼ਕਾਂ ਦੇ ਰੂਬਰੂ ਕਰਨ ਲੱਗਾ ਮੇਰੇ ਪੰਜਾਬੀ ਸਫ਼ਰ ਦਾ ਪਹਿਲਾ ਗਾਣਾ ਆਓ ਮਿਲ ਲਓ ਸ਼ਿਵ ਧਰਤੀ 'ਤੇ ਆਏ ਜੀ ਮਿੱਤਰੋ ਚਲੋ ਭਾਅ ਜੀ ਤਾਂ ਉਹਦੇ ਨਾਲ ਮਿਲਿਆ ਉਹ ਸਾਨੂੰ ਵੀ ਮਿਲਾਉਣਾ ਚਾਹੁੰਦੇ ਅਤੇ ਮੈਂ ਤੁਹਾਨੂੰ ਮਿਲਾਉਣਾ ਚਾਹੁੰਦੀ ਹਾਂ ਆਈਏ ਮਿਲਦੇ ਹਾਂ ਸ਼ਿਵ ਨਾਲ ਹੁੰਦੀ ਜਦੋਂ ਧਰਮ ਦੀ ਹਾਨੀ ਲੰਘ ਜਾਂਦਾ ਸਿਰ ਉੱਤੋਂ ਪਾਣੀ ਨਿਰਾਕਾਰ ਆ ਕੇ ਸਾਕਾਰ ਸੁਣਾਉਂਦੇ ਹਨ ਤੁਰਕੀ ਬਾਣੀ ਸੁਣਾਉਂਦੇ ਹਨ ਤੁਰਕੀ ਬਾਣੀ ਸ਼ਿਵ ਧਰਤੀ ਤੇ ਆਏ ਆਓ ਮਿਲ ਲਓ ਸ਼ਿਵ ਧਰਤੀ ਤੇ ਆਏ ਮਿੱਠੇ ਮਿੱਠੇ ਬੱਚੇ ਆਓ ਮੇਰੇ ਬੱਚੇ ਕਹਿ ਸਭ ਨੂੰ ਬੁਲਾਏ ਆਓ ਮਿਲ ਲਓ ਸ਼ਿਵ ਧਰਤੀ ਤੇ ਆਏ ਆਓ ਮਿਲ ਲਓ ਸ਼ਿਵ ਧਰਤੀ ਤੇ ਆਏ ਜਦੋਂ ਪੈਂਦਾ ਪ੍ਰਿਥਵੀ ਤੇ ਪਾਪੀਆਂ ਦਾ ਪਾਰੇ ਉਦੋਂ ਲੈਂਦੇ ਧਰਤੀ ਤੇ ਸ਼ਿਵ ਅਵਤਾਰੇ ਜਦੋਂ ਪੈਂਦਾ ਪ੍ਰਿਥਵੀ ਤੇ ਪਾਪੀਆਂ ਦਾ ਪਾਰੇ ਉਦੋਂ ਲੈਂਦੇ ਧਰਤੀ ਤੇ ਪ੍ਰਭੂ ਅਵਤਾਰੇ ਪ੍ਰਭੂ ਅਵਤਾਰੇ ਕੀਤਾ ਵਾਦਾ ਫਿਰ ਤੋਂ ਕੀਤਾ ਵਾਦਾ ਫਿਰ ਤੋਂ ਨਿਭਾਉਣ ਲਈ ਆਏ ਆਓ ਮਿਲ ਲਓ ਹੋ ਆਓ ਮਿਲ ਲਓ ਆਓ ਮਿਲ ਲਓ ਪ੍ਰਭੂ ਧਰਤੀ ਤੇ ਆਏ ਆਰਤੀਆਂ ਜਪ ਤਪ ਕਿਤੇ ਇਸ਼ਨਾਨ ਸੀ ਲੱਭਿਆ ਬਹੁਤ ਨਹੀਂਓ ਮਿਲੇ ਭਗਵਾਨ ਸੀ ਹੋ ਆਰਤੀਆਂ ਜਪ ਤਪ ਕਿਤੇ ਇਸ਼ਨਾਨ ਸੀ ਲੱਭਿਆ ਬਹੁਤ ਨਹੀਂਓ ਮਿਲੇ ਭਗਵਾਨ ਸੀ ਮਿਲੇ ਭਗਵਾਨ ਸੀ ਚਾਰ ਧਾਮ ਕਿਤੇ ਚਾਰ ਧਾਮ ਕਿਤੇ ਲੱਖਾਂ ਚੱਕਰ ਲਗਾਏ ਆਓ ਮਿਲ ਲਓ ਹੋ ਆਓ ਮਿਲ ਲਓ ਆਓ ਮਿਲ ਲਓ ਪ੍ਰਭੂ ਧਰਤੀ ਤੇ ਆਏ ਭੂਮੀ ਆਪੂ ਤੇ ਲਿਆ ਅਵਤਾਰੇ ਬ੍ਰਹਮਾ ਦਾ ਸਾਕਾਰ ਤਨ ਲਿਆ ਆਧਾਰੇ ਹੋ ਤਪ ਭੂਮੀ ਆਪੂ
ਤੇ ਲਿਆ ਅਵਤਾਰੇ ਬ੍ਰਹਮਾ ਦਾ ਸਾਕਾਰ ਤਨ ਲਿਆ ਆਧਾਰੇ ਲਿਆ ਆਧਾਰੇ ਲੱਖਾਂ ਰੂਹਾਂ ਪਿਆਸੀਆਂ ਲੱਖਾਂ ਰੂਹਾਂ ਪਿਆਸੀਆਂ ਨੇ ਦਰਸ਼ਨ ਪਾਏ ਆਓ ਮਿਲ ਲਓ ਸ਼ਿਵ ਧਰਤੀ ਤੇ ਆਏ ਮਿੱਠੇ ਮਿੱਠੇ ਬੱਚੇ ਆਓ ਮੇਰੇ ਬੱਚੇ ਕਹਿ ਸਭ ਨੂੰ ਬੁਲਾਏ ਆਓ ਮਿਲ ਲਓ ਆਓ ਮਿਲ ਲਓ ਪ੍ਰਭੂ ਧਰਤੀ ਤੇ ਆਏ ਸ਼ਾਂਤੀ। ਇਸ ਗਾਣੇ 'ਚ ਸ਼ਿਵ ਦਾ ਪੂਰਾ ਸਾਰ ਦਿੱਤਾ ਵਾ ਅਤੇ ਤੁਸੀਂ ਵਿਸਤਾਰ ਜਾਣਾ ਹੋ ਤਾਂ ਉਹ ਤੁਹਾਨੂੰ ਆਪਣੇ ਨਜ਼ਦੀਕੀ ਸੇਵਾ ਕੇਂਦਰ 'ਚ ਜਾਣਾ ਪੈਣਾ ਅਤੇ ਆਬੂ ਆਉਣਾ ਹੋ ਪਹਿਲੇ ਸੇਵਾ ਕੇਂਦਰ 'ਚ ਜਾਊਂਗੇ ਤਾਂ ਹੀ ਤਾਂ ਆਬੂ ਆਉਂਗੇ ਤਾਂ ਹੀ ਤਾਂ ਸ਼ਿਵ ਦਾ ਪੂਰਾ ਵਿਸਤਾਰ ਜਾਣ ਪਾਓਗੇ। ਸਾਨੂੰ ਓਮ ਪ੍ਰਕਾਸ਼ ਭਾਈ ਜੀ ਨੇ ਇੰਨੇ ਸੋਹਣੇ ਸੋਹਣੇ ਅਤੇ ਆਪਣੇ ਗੀਤਾਂ ਦੇ ਗੁਲਦਸਤੇ ਦਾ ਡੱਬੀ ਜਦ ਖੋਲਦੇ ਹਾਂ ਤਾਂ ਸਾਨੂੰ ਪਿਆਰੇ ਪਿਆਰੇ ਗੀਤ ਮਿਲਦੇ ਆ। ਭਾਈ ਜੀ ਤੁਸੀਂ ਇਤਨੇ ਪਿਆਰੇ ਪਿਆਰੇ ਗੀਤ ਸਾਨੂੰ ਸੁਣਾਉਂਦੇ ਹਾਂ ਅਤੇ ਸਾਡੇ ਦਰਸ਼ਕਾਂ ਨੂੰ ਕੁਛ ਮੈਸੇਜ ਵੀ ਦਿੰਦੇ ਹਾਂ, ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਆਉਂਦੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਓਮ ਸ਼ਾਂਤੀ। ਓਮ ਸ਼ਾਂਤੀ। ਮਿੱਤਰੋ, ਅਸੀਂ ਇਹਨਾਂ ਗਾਣਿਆਂ 'ਚ ਸੁਣ ਕੇ ਮੈਸੇਜ ਲੈਂਦੇ ਹਾਂ। ਮੈਂ ਚਾਹੁੰਦੀ ਹਾਂ ਤੁਸੀਂ ਆਪਣੇ ਉਮੰਗ ਉਤਸ਼ਾਹ ਨੂੰ ਇਹਨਾਂ ਗਾਣੇ ਸੁਣ ਕੇ ਆਪਣੇ ਜੀਵਨ 'ਚ ਲੈ ਕੇ ਆਉਂਦੇ ਹਾਂ, ਤਾਂ ਹੀ ਤੁਹਾਨੂੰ ਆਪਣੇ ਜੀਵਨ 'ਚ ਸਫਲਤਾ ਮਿਲਦੀ ਆ ਅਤੇ ਜੀਵਨ 'ਚ ਜਿਹੜੀ ਵੀ ਪਰਿਸਥਿਤੀ ਆਉਂਦੀ ਆ ਉਹਨੂੰ ਹੱਲ ਕਰਦੇ ਹਾਂ। ਅਸੀਂ ਅਗਲੇ ਪ੍ਰੋਗਰਾਮ ਇਸ ਹੀ ਸੁਰ ਸੰਧਿਆ ਦੇ ਪ੍ਰੋਗਰਾਮ 'ਚ ਨਵੇਂ ਗੀਤਾਂ ਲੈ ਕੇ ਆਉਂਗੇ ਹਾਂ ਅਤੇ ਨਾਲੇ ਨਵੇਂ ਕਲਾਕਾਰ ਲੈ ਕੇ ਆਉਂਦੇ ਹਾਂ। ਦਿੰਦੇ ਹਾਂ ਹੁਣ ਮੈਨੂੰ ਇਜਾਜ਼ਤ, ਨਮਸਕਾਰ ਅਤੇ ਨਾਲੇ ਓਮ ਸ਼ਾਂਤੀ।